ਮਨੁੱਖੀ ਖੁਸ਼ੀ ਲਈ ਸਾਰੇ ਇਨਸਾਨ ਅਸੀਂ ਭਜਨ ਨਾਟ ਕਰ ਰਹੇ ਹਾਂ ਬੰਦਾ ਚੱਕਰ ਚੁੰਡੇ ਵਾਂਗੂ ਇਸ ਕਰਕੇ ਚੱਲਦਾ ਹੈ ਕਿ ਕਿਤੇ ਨੂੰ ਕਿਤੇ ਮੈਨੂੰ ਕੋਈ ਨਾ ਕੋਈ ਖੁਸ਼ੀ ਜ਼ਰੂਰ ਮਿਲੇਗੀ ਖੁਸ਼ੀ ਦੀ ਤਲਾਸ਼ ਵਿੱਚ ਮਨੁੱਖ ਅਜ਼ਲਾਂ ਤੋਂ ਭਜਿਆ ਫਿਰ ਰਿਹਾ ਹੈ ਜੇ ਦੇਖਿਆ ਜਾਏ ਇਹ ਸਾਰੀ ਭਜਨ ਨਾਟ ਇਹ ਕੰਮ ਕਾਜ ਇਹ ਪੈਸੇ ਕਮਾਉਣ ਦਾ ਚੱਕਰ ਆਖਰ ਸਾਰਾ ਖੁਸ਼ੀ ਹਾਸਲ ਕਰਨ ਲਈ ਹੀ ਹੈ ਔਰ ਜਿਨ੍ਹਾਂ ਲੋਕਾਂ ਨੂੰ ਖੁਸ਼ੀ ਹਾਸਲ ਹੋ ਗਈ ਹੈ ਔਰ ਉਹ ਬੜੇ ਲਾਪਰਵਾਹ ਹੋ ਜਾਂਦੇ ਨੇ ਔਰ ਉਸ ਖੁਸ਼ੀ ਦਾ ਕਈ ਵਾਰੀ ਅਹਿਸਾਸ ਨਹੀਂ ਕਰਦੇ ਜਾਂ ਜਿਨ੍ਹਾਂ ਨੂੰ ਖੁਸ਼ੀ ਹਾਸਲ ਨਹੀਂ ਹੋ ਰਹੀ ਉਹ ਇਸੇ ਦੌੜ 'ਚ ਮੁਸلسل ਚਲਦੇ ਰਹਿੰਦੇ ਹਨ ਖੁਸ਼ੀ ਹੈ ਕਿ ਮਨੁੱਖੀ ਖੁਸ਼ੀ ਕਿਵੇਂ ਹਾਸਲ ਕੀਤੀ ਜਾਏ ਇਹਦੇ ਬਾਰੇ ਅੱਜ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨਗੇ ਕਿਉਂਕਿ ਮਨੁੱਖ ਨੂੰ ਖੁਸ਼ ਰਹਿਣ ਦੀ ਲਾਲਸਾ ਨੇ ਹੀ ਉਕਸਾਇਆ ਜਿਸ ਕਰਕੇ ਉਹ ਧਨ-ਦੌਲਤ ਇਕੱਠੀ ਕਰਦਾ ਹੈ ਬੱਚੇ ਉਸ ਤੋਂ ਬਾਅਦ ਉਹਨਾਂ ਨੂੰ ਦੇਖ-ਪਾਲ ਗੱਲ ਕੀ ਹਰ ਕਦਮ ਜ਼ਿੰਦਗੀ ਦਾ ਔਰ ਇਸੇ ਦਿਸ਼ਾ 'ਚ ਰੱਖਿਆ ਜਾ ਰਿਹਾ ਹੈ ਕਿ ਮੈਨੂੰ ਖੁਸ਼ੀ ਹਾਸਲ ਹੋਵੇ ਪਰ ਸਭ ਜੀ ਆਂਕਿਊ ਜੀ ਥੈਂਕ ਯੂ ਜੀ ਥੈਂਕ ਸਾਰ ਸੋ ਸਾਡੇ ਸੁਣ ਤੇ ਵੇਖਣ ਵਾਲਿਆਂ ਦੱਸੋ ਵੀ ਮਨੁੱਖੀ ਖੁਸ਼ੀ ਕਿਵੇਂ ਹਾਸਲ ਹੋਵੇ ਇਹਨਾਂ ਤੋਂ ਪਹਿਲਾਂ ਜਿਹੜੇ ਤੁਸੀਂ ਕੁਝ ਫਿਕਰੇ ਕਹੇ ਆ ਇਹ ਬਿਲਕੁਲ ਠੀਕ ਹੈ ਸਾਰੀ ਦੌੜ ਭੱਜ ਜਿਹੜੀ ਹੈਗੀ ਆ ਉਹ ਹੈ ਤਾਂ ਖੁਸ਼ੀ ਦੀ ਖੁਸ਼ੀ ਨੂੰ ਹਾਸਲ ਕਰਨ ਦੇ ਲਈ ਜੀ ਜੀ ਦੇਖੋ ਖੁਸ਼ੀ ਨੂੰ ਹਾਸਲ ਕਰਨ ਦੇ ਲਈ ਮੈਂ ਦੇਖਿਆ ਕੋਈ ਜੰਗਲਾਂ 'ਚ ਗਿਆ ਪਹਾੜਾਂ ਤੇ ਗਿਆ ਤਪਸਵੀ ਬਣੇ ਚਿੱਲੇ ਕੱਟੇ ਕੋਈ ਮਾਰਕਸਵਾਦੀ ਲਾਇਬ੍ਰੇਰੀ 'ਚ ਨਾਚਰ ਬੈਠਾ ਰਿਹਾ ਕੋਈ ਲੈਬਾਰਟਰੀਆਂ ਜਾਂਦੇ ਆ ਬਿਜ਼ਨਸ ਹੁੰਦੀ ਆ ਭੱਜ ਦੌੜ ਹੁੰਦੀ ਆ ਸਾਰੇ ਧਰਮ ਵੀ ਸਾਰੇ ਇਹਦੇ ਸਿਰ ਤੇ ਚੱਲਦੇ ਆ ਵਿਨਸਾ ਵੀ ਇਹਦੇ ਸਿਰ ਤੇ ਚੱਲਦੀ ਆ ਗੱਲ ਤਾਂ ਇਹ ਠੀਕ ਆ ਵੀ ਇਹ ਖੁਸ਼ੀ ਜਿਹੜੀ ਹੈਗੀ ਖੁਸ਼ੀ ਦੀ ਪ੍ਰਾਪਤੀ ਦੇ ਲਈ ਸਾਰੇ ਦੌੜ ਭੱਜ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਤੇ ਇੱਕ ਮੈਨੂੰ ਯਾਦ ਆ ਗਿਆ ਇੱਕ ਇੱਕ ਗ੍ਰੀਕ ਫਿਲਾਸਫਰ ਹੋਇਆ ਜੀ ਉਹਨਾਂ ਦਾ ਨਾਮ ਹੋਇਆ ਐਪਿਕਿਊਰਸ ਉਹ ਐਪਿਕਿਊਰਸ ਦੀ ਥਿਊਰੀ ਵੀ ਜਿਹੜੀ ਸੀ ਉਹ ਉਹ ਇਹ ਸੀ ਉਹ ਕਹਿੰਦੇ ਸੇ ਪੇ ਨਾ ਤਾਂ ਪਿੱਛੋਂ ਕਿਤੇ ਆਏ ਆ ਨਾ ਕਿਤੇ ਅੱਗੇ ਜਾਣਾ ਇੱਥੋਂ ਹੀ ਲਾਈਫ ਮਾਂ-ਬਾਪ ਦੇ ਮਿਲਣਾ ਸ਼ੁਰੂ ਹੁੰਦੀ ਹੈ ਤੇ ਇੱਥੇ ਜਦੋਂ ਸਾਹ ਉਹਨੂੰ ਹਟ ਜਾਂਦਾ ਤਾਂ ਲਾਈਫ ਬੰਦ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਤੇ ਉਹਨਾਂ ਨਾਲ ਇਹ ਕਹੇ ਆ ਕਿ ਲਾਈਫ ਦਾ ਮਕਸਦ ਹੀ ਖੁਸ਼ੀ ਹਾਸਲ ਕਰਨਾ ਹੈ ਕੁਝ ਬੰਦੇ ਨੇ ਕਿ ਹੈ ਨਾ ਸੇਵਾ ਆ ਮਕਸਦ ਆ ਕਰਨੇ ਉਹ ਕਹਿੰਦੇ ਨਹੀਂ ਜੀ ਲਾਈਫ ਦਾ ਮਕਸਦ ਹੀ ਖੁਸ਼ੀ ਹਾਸਲ ਕਰਨਾ ਹੈ ਹੋਰ ਕੋਈ ਮਕਸਦ ਮਕਸਦ ਹੀ ਹੈ ਨਹੀਂ ਆਗੇ ਜਿੱਦਾਂ ਖੁਸ਼ੀ ਮਿਲਦੀ ਆ ਉਹ ਖੁਸ਼ੀ ਹਾਸਲ ਕਰੋ ਨਾਲ ਉਹ ਇਹ ਵੀ ਕਹਿੰਦਾ ਹਰ ਉਹ ਚੀਜ਼ ਜਾਇਜ਼ ਹੈ ਜਿਹੜੀ ਤੁਹਾਨੂੰ ਖੁਸ਼ੀ ਦਿੰਦੀ ਹੈ ਹਰ ਉਹ ਚੀਜ਼ ਹਰ ਜੀ ਹਰ ਉਹ ਚੀਜ਼ ਜਾਇਜ਼ ਹੈ ਜਿਹੜੀ ਤੁਹਾਨੂੰ ਖੁਸ਼ੀ ਦਿੰਦੀ ਆ ਤੇ ਉਹ ਜਿੱਦਾਂ ਦੇ ਇੱਕ ਉਹਦਾ ਸ਼ੇਸ਼ ਕਹਿੰਦਾ ਉਹ ਕਹਿੰਦਾ ਜੀ ਮੈਨੂੰ ਤਾਂ ਖੁਸ਼ੀ ਮਿਲਦੀ ਆ ਫਰਾਨੇ ਬੰਦੇ ਦੇ ਸਿਰ 'ਚ ਡੰਡਾ ਮਾਰ ਕੇ ਸੋ ਇਹ ਡੰਡਾ ਮਾਰ ਦੇਣਾ ਚਾਹੀਦਾ ਉਹ ਕਹਿੰਦੇ ਮਾਰ ਦੇਣਾ ਚਾਹੀਦਾ ਜੇ ਤੂੰ ਇਸ ਗੱਲ ਲਈ ਰੈਡੀ ਆ ਵੀ ਤੇਰੇ ਵੀ ਮੋਰੋਂ ਡੰਡੇ ਪੈਣੇ ਸਿਰ ਵਿੱਚ ਜੇ ਤੂੰ ਉਹਦੇ ਲਈ ਰੈਡੀਆ ਤਾਂ ਮਾਰਨੇ ਜਾ ਕੇ ਕੈਲਕੂਲੇਟ ਕਰ ਲੈ ਤੂੰ ਜਾ ਕੇ ਉਹ ਫਿਰ ਉਹਨਾਂ ਨੂੰ ਫਿਰ ਕਿਸੇ ਨੂੰ ਪੁੱਛਿਆ ਜੀ ਵੀ ਖੁਸ਼ੀ ਹੈ ਕੀ ਜਿਹਨੂੰ ਤੁਸੀਂ ਕਹਿੰਦੇ ਆ ਖੁਸ਼ੀ ਹੈ ਕੀ ਉਹਦੀ ਸਿੰਪਲ ਇੱਕ ਫਿਕਰੇ 'ਚ ਕਿਹਾ ਉਹ ਕਹਿੰਦੇ no pain in the body no disturbance in mind ਵਾਹ ਸਰੀਰ 'ਚ ਦਰਦ ਨਾ ਹੋਵੇ ਮਨ ਦੇ ਵਿੱਚ ਕੋਈ ਖਲਲ ਨਾ ਹੋਵੇ ਡਿਸਟਰਬੈਂਸ ਨਾ ਹੋਵੇ ਉਹ ਖੁਸ਼ੀ ਆ ਹੁਣ ਸਰੀਰ ਦੇ ਵਿੱਚ ਜਿਹੜਾ ਦਰਦ ਆ ਉਹਦੀ ਤਾਂ ਮੈਂ ਕਈ ਵਾਰ ਸੋਚਦਾ ਹੁੰਦਾ ਪੀ ਲੀ ਵੀ ਟੂ ਦਾ ਡਾਕਟਰਸ ਐਂਡ ਹਸਪੀਟਲ ਇਹ ਤਾਂ ਡਾਕਟਰਾਂ ਦੇ ਛੱਡ ਦਿਓ ਆਪੇ ਠੀਕ ਕਰੋਗੇ ਰੌਲਾ ਜਿਹੜਾ ਜ਼ਿਆਦਾ ਹੈਗਾ ਉਹ ਡਿਸਟਰਬੈਂਸ ਆਫ ਮਾਈਂਡ ਦਾ ਆ ਜਿਹੜੀ ਸਾਨੂੰ ਅ ਅਨ ਹੈਪੀਨੈਸ ਆ ਰਹੀ ਆ ਉਹ ਜ਼ਿਆਦਾ ਮਾਈਂਡ ਦੀ ਡਿਸਟਰਬੈਂਸ ਦੀ ਆ ਹੁਣ ਉਹ ਮਾਈਂਡ ਦੀ ਡਿਸਟਰਬੈਂਸ ਦੇ ਵਿੱਚ ਵੀ ਮੈਂ ਦੇਖਦਾ ਵੀ ਬਹੁਤੀ ਜਿਹੜੀ ਨਾ ਖੁਸ਼ੀ ਆ ਉਹ ਹੈਗੀ ਆ ਜਿਹੜੀ ਮਟੀਰੀਅਲ ਚੀਜ਼ਾਂ ਦੀ ਸਾਡੇ ਕੋਲ ਅਨਹੋਂਦ ਹੋਣੀ ਜਾਂ ਅਸੀਂ ਮਹਿਸੂਸ ਕਰਨਾ ਵੀ ਸਾਡੇ ਕੋਲ ਅਨਹੋਂਦ ਹੈ ਉਹ ਅਸੀਂ ਜਿਵੇਂ ਮੇਰਾ خیال ਹੈ ਮਹਾਤਮਾ ਬੁੱਧ ਨੇ ਕਹੀ ਹੋਈ ਗੱਲ ਉਹ ਕਹਿੰਦੇ ਟੂ ਬੀ ਅਪਸੈਟ ਓਵਰ ਵਟ ਵੀ ਡੋਨਟ ਹੈਵ ਇਜ਼ ਟੂ ਵੇਸਟ ਵਟ ਵੀ ਡੂ ਹੈਵ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈ ਨਹੀਂ ਉਹਨਾਂ ਕਰਕੇ ਅਪਸੈਟ ਹੋਣ ਦਾ ਮਤਲਬ ਹੈ ਜਿਹੜੀਆਂ ਹੈਗੀਆਂ ਸੀ ਉਹਨਾਂ ਨੂੰ ਵੀ ਵੇਸਟ ਕਰ ਰਹੇ ਆਂ ਅੱਛਾ ਮੈਂ ਥਣ ਸਾਹਿਬ ਬੈਠਾ ਬੈਠਾ ਸੋਚਦਾ ਸੀ ਵੀ ਆ ਜਿਹੜਾ ਮੁਲਕ ਆ ਇਹ ਆਪਾਂ ਹੁਣ ਇੱਥੇ ਜਿਹੜੀ ਗੱਲ ਕੈਨੇਡਾ ਦੀ ਖੁਸ਼ੀ ਦੀ ਕਰਾਂਗੇ ਗੱਲ ਉਹ ਇੱਥੇ ਰਹਿਨੇ ਆ ਹੁਣ ਜਗੇ ਹੁਣ ਇਸ ਮੁਲਕ ਦੇ ਵਿੱਚ ਮੈਂ ਇਹ ਦੇਖਿਆ ਜਾ ਕੇ ਭਈ ਜਿਹੜੀ ਹੈਗੀ ਬਹੁਤੀ ਖੁਸ਼ੀ ਜਿਹੜੀ ਜਿਹੜੀ ਹੈਗੀ ਆ ਉਹਨੂੰ ਖਰਾਬ ਅਸੀਂ ਆਪ ਕੀਤਾ ਬਹੁਤੀ ਖੁਸ਼ੀ ਵਹਿਮੀ ਵੀ ਵਿੱਚ ਉਹਦੇ ਇਦਾਂ ਨਹੀਂ ਆਪੇ ਕੋਈ ਨਹੀਂ ਗੱਲ ਹੁਣ ਤੁਸੀਂ ਦੇਖੋ ਮੋਟੀਆਂ ਚੀਜ਼ਾਂ ਜਿਹੜੀਆਂ ਜ਼ਰੂਰਤਾਂ ਦੀ ਜ਼ਰੂਰਤਾਂ ਦੀ ਜੇ ਤੁਸੀਂ ਗੱਲ ਕਰੋ ਤਾਂ ਮੈਂ ਆਪਣੀ ਇੱਕ ਗੱਲ ਕਰਦਾ ਮੇਰਾ ਖਿਆਲ ਉਹ ਸਾਡੇ ਸਾਫ਼ ਕਾਫੀ ਬੰਦੇ ਤੇ ਲਾਗੂ ਹੁੰਦੀ ਆ ਭਈ i do not have everything that i want but i have everything that i need ਖੁਸ਼ੀਆਂ ਦੀ ਤੇ ਜ਼ਰੂਰਤਾਂ ਦੀ ਹਾਂਜੀ ਇਹ ਡਿਫਰੈਂਸ਼ੀਅਲ ਕਰਕੇ ਵੇਖੀ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਚਾਹਣਾ ਮੇਰੇ ਕੋਲ ਹੋਣ ਉਹ ਮੇਰੇ ਕੋਲ ਹੈ ਨਹੀਂ ਪਰ ਉਹ ਸਾਰੀਆਂ ਚੀਜ਼ਾਂ ਜਿਹਨਾਂ ਦੀ ਮੈਨੂੰ ਲੋੜ ਆ ਇੱਥੇ ਕੈਨੇਡਾ 'ਚ ਮੇਰੇ ਕੋਲ ਹੈਗੀ ਆ ਹੁਣ ਜਿਹੜੀ ਲੋੜ ਦੀ ਜੇ ਆਪਾਂ ਗੱਲ ਕਰੀਏ ਤੁਸੀਂ ਪਹਿਲਾਂ ਫੂਡ ਲੈ ਲਓ ਪਹਿਲੀ ਲੋੜ ਹੈਗੀ ਆ ਕਿ ਆਦਮੀ ਨੂੰ ਖਾਣ ਨੂੰ ਮਿਲਣਾ ਚਾਹੀਦਾ ਕੁੱਲੀ ਗੁੱਲੀ ਜੁੱਲੀ ਹੋਈ ਆ ਇਹ ਇਹਨੂੰ ਥੋੜਾ ਜਿਹਾ ਮੈਨੂੰ ਵਿਸਾਰਚ ਕਹਿ ਲੈਂਦੇ ਹੋ ਇਦਾਂ ਜੀ ਕਿ ਫੂ ਇੱਥੇ ਕੋਈ ਬੰਦਾ ਵੀ ਜਿਹੜਾ ਹੈਗਾ ਆ ਭੁੱਖਾ ਨਹੀਂ ਰਹਿੰਦਾ ਮੈਂ ਕਦਰ ਬੈਠਾ ਬੈਠਾ ਸੋਚਦਾ ਸੀ ਮੈਂ ਹਿਸਟਰੀ ਦਾ ਸਟੂਡੈਂਟ ਰਹਾਂ ਜੀ ਮੈਂ ਮੁਗਲ ਬਾਦਸ਼ਾਹਾਂ ਦੇ ਖਾਣੇ ਦੇਖ ਰਿਹਾ ਸੀ ਮੈਂ ਮੁਗਲ ਬਾਦਸ਼ਾਹਾਂ ਦੇ ਜਦ ਖਾਣੇ ਦੇਖੇ ਤਾਂ ਉਹਦੇ ਵਿੱਚ ਆਉਂਦਾ ਹੈ ਜੀ ਐਂਦੇ ਕਿਸਮ ਦੀਆਂ ਇਹ ਮਠਿਆਈਆਂ ਜਿਹੜੀਆਂ ਆ ਉਹ ਦਿੱਲੀ ਦੇ ਵਿੱਚ ਕੋਈ ਸ਼ਾਪ ਆ ਘੰਟਾ ਘਰ ਵਾਲੇ ਉਹ ਉਹਨਾਂ ਨੂੰ ਪਹੁੰਚਾਉਂਦੇ ਹੁੰਦੇ ਸੀ ਜਿੰਨੇ ਕਿਸਮ ਦੀਆਂ ਉਹਨਾਂ ਕੋ ਮਠਿਆਈਆਂ ਸੀ ਅੱਜ ਉਹਦੇ ਨਾਲੋਂ ਜ਼ਿਆਦਾ ਕਿਸਮਾਂ ਕੱਲੀ ਬਰਫੀ ਦੀਆਂ ਹੀ ਆ ਜਿਹੜੇ ਅਸੀਂ ਜਿਹੜੇ ਔਰ ਜਿਹੜੇ ਅਸੀਂ ਕੈਨੇਡੀਅਨ ਚ ਰਹਿੰਦੇ ਉਹ ਜਦ ਮਰਜੀ ਖਾਈਏ ਜੀ ਫਿਰ ਉਹਦੇ ਵਿੱਚ ਮੈਂ ਦੇਖਿਆ ਜੀ ਉਹ ਕਹਿੰਦੇ ਜੇ ਮੁਗਲਾਂ ਦੀਆਂ ਜ਼ਿਆਫਤਾਂ ਹੁੰਦੀਆਂ ਸੀ ਅਕਬਰ ਬਾਦਸ਼ਾਹ ਦੀਆਂ ਜਾ ਕੇ ਤਾਂ ਉੱਥੇ ਫਿਰ ਮੁਰਗੇ ਪੁੰਪੁੰਨ ਕੇ ਖਾ ਰਹੇ ਖੰਦੇ ਹੁੰਦੇ ਸੀ ਇਹ ਤਾਂ ਮੁਗਲ ਫਿਰ ਇੰਜੋਏ ਕਰਦੇ ਸੀ ਇੱਥੇ ਹਰੇਕ ਦੇ ਘਰ-ਬਾਰ ਹੋ ਗਈ ਉਹ ਹਰੇਕ ਮੁਗਲਾਂ ਦੇ ਖਾਣੇ ਇੱਥੇ ਖਾਂਦਾ ਜਾ ਕੇ ਜਾ ਕੇ ਹਰੇਕ ਜਿਹੜੇ ਹੈਗੇ ਆ ਉਹਨਾਂ ਕੋ ਉਹਨਾਂ ਨੂੰ ਸ਼ਰਬਤ ਦੇ ਵਿੱਚ ਪਾਉਣ ਦੇ ਲਈ ਜਿਹੜੀ ਬਰਫ਼ ਸੀ ਉਹ ਇੰਦਾ ਨਾਜਾਬ ਹੁੰਦੀ ਸੀ ਔਰ ਇਹ ਕਹਿੰਦੇ ਸੀ ਕਿ ਉਹ ਬਰਫ਼ ਪਾ ਕੇ ਫਲਾਂ ਦਾ ਜੂਸ ਪੀਂਦੇ ਆ ਫਲਾਂ ਦਾ ਜੂਸ ਜਿਹੜਾ ਇੱਥੇ ਮੇਰਾ ਗੱਲ ਜਿਹੜਾ ਹੈਗਾ ਸਾਰੇ ਪੀਂਦੇ ਆ ਆਪਾਂ ਜਿਹੜਾ ਕਿਸੇ ਨੂੰ ਘਾਟ ਨਹੀਂ ਹੁੰਦੀ ਜੀ ਆ ਸੋ ਮੁਗਲ ਬਾਦਸ਼ਾਹਾਂ ਅਰਗੀ ਖੁਰਾਕ ਹੈ ਇੱਥੇ ਬੰਦਿਆਂ ਦੀ ਜਾ ਕੇ ਜੇ ਨੀਡ ਦੀ ਗੱਲ ਕਰੀਏ ਕੱਪੜਿਆਂ ਦੀ ਗੱਲ ਤੁਸੀਂ ਦੇਖ ਲਓ ਜਾ ਕੇ ਪੇ ਮੇਰਾ ਖਿਆਲ ਆ ਪੇ ਮੈਂ ਉਹ ਸਮਾਂ ਦੇਖਿਆ ਆ ਜਿਸ ਵੇਲੇ ਮੈਂ ਜੱਟਾਂ ਦੀ ਗੱਲ ਕਰਦਾ ਜਿਹੜੇ ਜਦ ਕਿਸੇ ਵਾਂਡੇ ਜਾਣਾ ਹੁੰਦਾ ਸੀ ਤਾਂ ਮੰਗ ਕੇ ਕੁੜਤਾ ਚਾਦਰ ਲੈ ਕੇ ਜਾਂਦੇ ਹੁੰਦੇ ਸੀਗੇ ਔਰ ਜੁੱਤੀ ਵੀ ਮੰਗਮੀ ਸੀ ਜੁੱਤੀ ਸਾਰੀ ਬਾਟ ਪਾਉਣੀ ਨਹੀਂ ਹੈ ਜਬ ਪਿੰਡ ਦੇ ਕੋਲ ਜਾਣਾ ਤਾਂ ਪੈਰ ਪੂਰ ਧੋ ਕੇ ਉੱਪਰ ਤਰੰ ਉਹ ਫੇਪ ਪਾਉਣੀ ਜੁੱਤੀ ਇਹ ਹਾਲ ਹੁੰਦਾ ਸੀ ਅੱਜ ਦੇਖ ਲਓ ਕਿੰਨੇ ਕਿੰਨੇ ਕੱਪੜੇ ਸਾਰਿਆਂ ਦੇ ਕੋਲ ਹੈਗੇ ਕੋਈ ਬਿੱਗ ਬ੍ਰਦਰ ਨੂੰ ਦਿੰਦਾ ਤਾਂ ਕੋਈ ਆ ਜਿਹੜੇ ਕਲੋਥ ਲਾਈਨ ਵਾਲੇ ਦਿੰਦੇ ਆ ਸਾਰਿਆਂ ਕੋਲ ਮੈਂ ਹੁਣ ਤੁਹਾਨੂੰ ਆਪਣੀ ਗੱਲ ਦੱਸਦਾ ਮੈਨੂੰ ਕਈ ਸਾਲ ਹੋ ਗਏ ਮੈਂ ਕੱਪੜੇ ਖਰੀਦੇ ਨਹੀਂ ਜੀ ਔਰ ਮੈਨੂੰ ਇਹ ਪਤਾ ਵੀ ਮੈਂ ਹੁਣ ਵੀ ਨਾ ਖਰੀਦਾਂ ਤਾਂ ਇਹ ਮੇਰੇ ਮਰਨ ਤੋਂ ਬਾਅਦ ਤੱਕ ਵੀ ਮੇਰੇ ਕੋਲ ਰਹਿਣੇ ਆ ਇੰਨੇ ਕੱਪੜੇ ਹੈਗੇ ਇਹ ਹਾਲ ਹੋਇਆ ਜਾਵੇ ਘਰ ਦਾ ਹਾਲ ਦੇਖੋ ਸਭ ਉਦਾਂ ਦੇ ਘਰ ਇੱਥੇ ਆ ਵਾਸ਼ਰੂਮ ਜਿਹਦਾ ਫੈਮਿਲੀ ਰੂਮ ਹੈ ਜਾਂ ਲਿਵਿੰਗ ਰੂਮ ਹੈ ਜਾਂ ਬੈੱਡਰੂਮ ਹੈ ਬਟ ਆਹ ਜ਼ਿੰਦਗੀ ਜਿਹੜੀ ਜੀ ਰਹੇ ਆਪਾਂ ਇੱਥੇ ਬਾਦਸ਼ਾਹਾਂ ਵਾਲੀ ਜ਼ਿੰਦਗੀ ਜੀ ਰਹੇ ਆਂ ਔਰ ਫਿਰ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਹੈਗੀ ਆ ਔਰ ਮੈਡੀਕਲ ਸਿਸਟਮ ਦੇਖੋ ਮੈਂ ਵੀ ਬਿਮਾਰ ਹੋ ਕੇ ਤੈਨੂੰ ਸਭ ਘਰੋਂ ਹੀ ਚੱਕ ਕੇ ਲੈ ਜਾਂਦੇ ਆ ਪੂਰਾ ਇਲਾਜ ਕਰਕੇ ਕਹਿੰਦੇ ਆ ਘਰ ਦੇ ਹਾਂ ਲੈ ਜਾਉ ਜੀਏ ਠੀਕ ਹੈ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਹੁੰਦਾ ਜਾ ਕੇ ਔਰ ਫਿਰ ਵੀ ਮੈਨੂੰ ਕਈ ਵਾਰ ਲੱਗਦਾ ਵੀ ਜੇ ਆਪਾਂ ਇਹਨੂੰ ਕਹੀਏ ਵੀ ਸਵਰਗ ਵਿੱਚ ਰਹਿ ਰਹੇ ਆਂ ਇਹ ਸੁਰਗ ਨੂੰ ਆਪਾਂ ਜਾਣ ਬੁੱਝ ਕੇ ਕਾਫੀ ਫੈਮਲੀਆਂ ਨਰਕ ਦੇ ਵਿੱਚ ਤਬਦੀਲ ਕਰ ਰਹੀਆਂ ਮਾਈਂਡ ਦੀ ਡਿਸਟਰਬੈਂਸ ਕਰਕੇ ਉਹਦੇ ਕਰਕੇ ਮੈਨੂੰ ਬੰਬੇ ਤੋਂ ਆਈ ਇੱਕ ਫਿਲਮ ਐਕਟਰ ਨੇ ਦੱਸਿਆ ਉਹ ਕਹਿੰਦਾ ਵੀ ਜਿਸ ਸਟੈਂਡਰਡ ਨਾਲ ਤੁਸੀਂ ਰਹਿ ਰਹੇ ਹੋ ਨਾ ਇੱਕ ਸਾਧਮਿਲ ਵਰਕਰ ਰਹਿ ਰਿਹਾ ਜਿਸ ਸਟੈਂਡਰਡ ਦੇ ਨਾਲ ਇੱਕ ਆਰਡੀਨਰੀ ਵਰਕਰ ਰਹਿ ਰਿਹਾ ਉਹ ਕਹਿੰਦੇ ਇਸ ਸਟੈਂਡਰਡ ਦੇ ਫਿਲਮੀ ਐਕਟਰਾਂ ਦੇ ਬੰਗਲੇ ਨਹੀਂਗੇ ਬੰਬਈ ਦੇ ਵਿੱਚ ਉਹ ਸਟੈਂਡਰਡ ਨਾਲ ਤੁਸੀਂ ਰਹਿ ਰਹੇ ਹੋ ਜਿਹੜਾ ਇੱਕ ਫਿਲਮੀ ਐਕਟਰ ਰਹਿ ਰਿਹਾ ਉੱਥੇ ਇਥੇ ਇੱਕ ਸਧਾਰਨ ਬੰਦਾ ਜਿਹੜਾ ਕੰਮ ਕਰਦਾ ਕਪੜਾ ਸਧਾਰਨ ਬੰਦਾ ਸਾਰੇ ਜਨ ਸਾਹਿਬ ਸਾਰੇ ਆਜ ਆ ਸਾਰੇ ਜਿਹੜੇ ਵਾਸ਼ਰੂਮ ਵਗੈਰਾ ਸਾਰਿਆਂ ਦੀ ਮੈਂ ਗੱਲਾਂ ਕਰਦਾ ਆਮ ਬੰਦੇ ਆ ਸਾਡੇ ਕੋਲ ਸਾਰਿਆਂ ਕੋਲ ਅਸੀਂ ਆਮ ਬੰਦੇ ਆ ਸਾਰਿਆਂ ਕੋਲ ਆ ਜਾ ਕੇ ਮੈਂ ਕੱਪੜਿਆਂ ਦੀ ਗੱਲ ਕੀਤੀ ਮੇਰੇ ਕੋਲ ਤਾਂ ਆਮ ਹੈ ਤੁਹਾਡੇ ਕੋਲ ਤਾਂ ਬਹੁਤ ਸੋਨੇ ਤੇ ਸ਼ੀਸ਼ੇ ਨੇ ਠੀਕ ਆਪ ਕੱਪੜਿਆਂ ਦੇ ਸ਼ੀਸ਼ੇ ਨੇ ਥੋੜੇ ਜਿਹਾ ਗੱਲ ਇਹ ਆ ਵੀ ਜਿਹੜੀ ਖੁਸ਼ੀ ਦੀ ਗੱਲ ਆ ਮਨੁੱਖੀ ਖੁਸ਼ੀ ਦੀ ਗੱਲ ਆ ਦਲਾਈ ਲਾਮਾ ਇਹ ਕਹਿੰਦਾ ਕਿ ਇਹ ਹੇਅਰ ਐਂਡ ਨਾਓ ਇੱਕ ਥਿਊਰੀ ਐਸੀ ਕਿ ਪਾਸਟ ਦਾ ਤਾਂ ਲੰਘ ਚੁੱਕਾ ਕੁਝ ਮੈਂ ਕਰ ਨਹੀਂ ਸਕਦਾ ਫਿਊਚਰ ਮੇਰੇ ਹੱਥ ਚ ਨਹੀਂ ਜਿਹੜੀ ਜ਼ਿੰਦਗੀ ਇੰਜੋਏ ਕਰ ਸਕਦਾ ਮੈਂ ਖੁਸ਼ ਰਹਿ ਸਕਦਾ ਆਪ ਪਾਲਾ ਹੁਣ ਹੁਣ ਦੀ ਗੱਲ ਐ ਬਸ ਯਹੀ ਇੱਕ ਪਲ ਐ ਪਾਲਿਆ ਹੇਅਰ ਐਂਡ ਨਾਉ ਤੈਂ ਸਰ ਇਹ ਨਾਉ ਨੂੰ ਅਸੀਂ ਇਦਾਂ ਇਦਾਂ ਖਰਾਬ ਕੀਤਾ ਆ ਨਾਲ ਨੂੰ ਵੀ ਦੇਖੋ ਮੇਰੇ ਤੈਂ ਸਰ ਜਿਹੜੀਆਂ ਚੀਜ਼ਾਂ ਦੀ ਪ੍ਰਾਪਤੀ ਦੇ ਲਈ ਅਸੀਂ ਬਹੁਤ ਜ਼ੋਰ ਲਾਇਆ ਬਹੁਤ ਐਫਰਟਸ ਕੀਤੀਆਂ ਵੀ ਸਾਨੂੰ ਇਹ ਚੀਜ਼ਾਂ ਮਿਲ ਜਾਣ ਉਹ ਚੀਜ਼ਾਂ ਸਾਨੂੰ ਮਿਲ ਗਈਆਂ ਫਿਰ ਔਰ ਮਿਲ ਗਈਆਂ ਉਹਨਾਂ ਚੀਜ਼ਾਂ ਨੇ ਸਾਨੂੰ ਖੁਸ਼ੀ ਦਿੱਤੀ ਫਿਰ ਬਹੁਤ ਖੁਸ਼ੀ ਦਿੱਤੀ ਪਰ ਉਹ ਖੁਸ਼ੀ ਅਸੀਂ ਲੈ ਕੇ ਫਿਰ ਉਹ ਛੱਡ ਦਿੱਤੀ ਹੁਣ ਆਪਾਂ ਮੈਂ ਤੁਹਾਨੂੰ ਦੱਸਦਾ ਜਿੱਦਾਂ ਆਪਾਂ ਕੁਝ ਗੱਲਾਂ ਲੈ ਲਈਏ ਜਿੰਨੇ ਆਪਾਂ ਇੱਥੇ ਬੈਠੇ ਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਖੁਸ਼ੀ ਨਹੀਂ ਲੈ ਰਹੇ ਜਿੱਦਣ ਸਾਨੂੰ ਕੈਨੇਡਾ ਦਾ ਵੀਜ਼ਾ ਮੋਹਰ ਲੱਗੀ ਹੋਣੀ ਆ ਕੈਨੇਡਾ ਦਾ ਵੀਜ਼ਾ ਮਿਲਿਆ ਹੋਣਾ ਕਿੰਨੀ ਖੁਸ਼ੀ ਹੋਈ ਹੋਣੀ ਹੈ ਕੀ ਬਹੁਤ ਹੈ ਖੁਸ਼ੀ ਕਿੰਨੀ ਹੋਈ ਹੋਣੀ ਹੈ ਜਿੱਦਣ ਘਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੋਇਆ ਹੋਣਾ ਕਿੰਨੀ ਖੁਸ਼ੀ ਹੋਈ ਹੋਣੀ ਹੈ ਜਿੱਦਣ ਪਹਿਲਾ ਘਰ ਲਿਆ ਹੋਣਾ ਕਿੰਨੀ ਖੁਸ਼ੀ ਹੋਈ ਹੋਣੀ ਹੈ ਕਾਰ ਲਈ ਹੋਣੀ ਕਿੰਨੀ ਖੁਸ਼ੀ ਲਈ ਹੋਣੀ ਆ ਅੱਜ ਉਹ ਚੀਜ਼ਾਂ ਸਾਨੂੰ ਖੁਸ਼ੀ ਨਹੀਂ ਦੇ ਰਹੀਆਂ ਅੱਜ ਸਾਰ ਅੱਜ ਜਿਹੜੇ ਹੈਗੇ ਆ ਉਹ ਸਾਨੂੰ ਅਸੀਂ ਕਦੇ ਫੀਲ ਹੀ ਨਹੀਂ ਕੀਤਾ ਹੈ ਜਾ ਕੇ ਵੀ ਅਸੀਂ ਤਾਂ ਕੈਨੇਡਾ ਦੇ ਵਿੱਚ ਰਹੇ ਆ ਸਾਡੇ ਕੋਲ ਵੀਜ਼ਾ ਹੈਗਾ ਆ ਇਹ ਫੀ ਇਹ ਫੀ ਖੁਸ਼ੀ ਤਾਂ ਪਤਾ ਲੱਗਣਾ ਜਦੋਂ ਜੇ ਇਹ ਚੀਜ਼ਾਂ ਸਾ ਤੋਂ ਲੈ ਲਈਆਂ ਜਾਣ ਜਦੋਂ ਚੀਜ਼ ਖਸ ਜਾਂਦੀ ਆ ਫਿਰ ਪਤਾ ਲੱਗਦਾ ਜਦੋਂ ਹੁਣ ਅੱਜ ਮੈਨੂੰ ਲੱਗ ਗਿਆ ਵੀ ਤੈਨੂੰ ਡਿਪੋਰਟ ਲੱਗ ਗਈ ਫਿਰ ਦੇਖੋ ਫਿਰ ਮੇਰੀ ਜਿਹੜੀ ਖੁਸ਼ੀ ਆ ਉਹ ਕਿੰਨੀ ਖਰਾਬ ਹੁੰਦੀ ਆ ਔਰ ਅੱਜ ਮੈਂ ਬੜਾ ਸੁਣ ਆਰਾਮ ਨਾਲ ਬੈਠਾ ਮੈਂ ਫੀਲ ਨਹੀਂ ਕਰਦਾ ਵੀ ਮੈਂ ਕੈਨੇਡਾ ਵਿੱਚ ਸੋ ਪ੍ਰੈਜ਼ੈਂਟ ਵਿੱਚ ਜਦੋਂ ਤੁਸੀਂ ਕਿਹਾ ਨਾ ਪ੍ਰੈਜ਼ੈਂਟ ਵਿੱਚ ਜਿਹੜੀ ਖੁਸ਼ੀ ਆ ਉਹ ਲੈਣੀ ਸਿੱਖਣੀ ਚਾਹੀਦੀ ਆ ਔਰ ਦੇਖੋ ਇਹ ਗੱਲ ਠੀਕ ਹੈ ਫਿਰ ਸਾਹਿਬ 올 ਦਿ ਟਾਈਮ ਆਪਾਂ ਖੁਸ਼ ਨਹੀਂ ਰਹਿ ਸਕਦੇ 올 ਦਿ ਟਾਈਮ ਆਪਾਂ ਨਾ ਖੁਸ਼ ਨਹੀਂ ਰਹਿ ਸਕਦੇ ਖੁਸ਼ੀ ਇੱਕ ਸੈਂਸੇਸ਼ਨ ਆ ਕੁਝ ਸਮੇਂ ਲਈ ਆਉਣੀ ਆ ਕੁਝ ਸਮੇਂ ਲਈ ਫਿਰ ਚਲੀ ਜਾਨੀ ਆ ਪਰ ਜ਼ਿਆਦਾ ਸਮਾਂ ਜਿਹੜਾ ਆਦਮੀ ਖੁਸ਼ੀ ਵਿੱਚ ਰਹਿ ਸਕੇ ਉਹਨੂੰ ਅਸੀਂ ਕਾਮਯਾਬ ਕਹਿੰਦੇ ਹੁਣ ਉਹ ਆਪਣੇ ਬਟਰਨ ਰੈਸਲ ਦੀ ਇੱਕ ਬੁੱਕ ਹੈ ਜੀ ਕੰਕਸਟ ਆਫ ਹੈਪੀਨੈਸ ਜਿਹੜੇ ਆਪਣੇ ਸੁਣਨ ਵਾਲੇ ਜਾਂ ਦੇਖਣ ਵਾਲੇ ਮੈਂ ਰეკਮੈਂਡ ਕਰੂੰਗਾ ਜ਼ਰੂਰ ਪੜ੍ਹੇ ਹੋ ਜਾਗੇ ਕੰਕਸਟ ਆਫ ਹੈਪੀਨੈਸ ਬਾਏ ਬਟਰਨ ਰੈਸਲ ਉਹ ਮੇਰਾ ਕਾਲ 30s ਦੇ ਵਿੱਚ ਕਿਤੇ ਲਿਖੀ ਗਈ ਹੈ ਉਹਦੇ ਵਿੱਚ ਉੱਥੇ ਗੱਲ ਚੱਲ ਰਹੀ ਸੀ ਜਾ ਕੇ ਜੀ ਕਿ bizness ਦੇ ਵਿੱਚ ਉਸ ਬੰਦੇ ਨੇ ਐਨੇ 2 ਮਿਲੀਅਨ ਪਾਉਂਟ ਜਾਂਨੇ ਮਿਲੀਅਨ ਪਾਉਂਟ ਜਾ ਕੇ ਤੇ ਉਹ ਫਿਰ ਫਿਰ ਉਹਨੂੰ ਕਿਸੇ ਨੇ ਕੁਐਸਚਨ ਕੀਤਾ ਜੀ ਵੀ ਤੁਸੀਂ ਇੱਕ ਫਿਕਰੇ ਜਵਾਬ ਦਿਓ who is a successful person ਉਹ ਕਹਿੰਦੇ ਹੈਪੀ ਪਰਸਨ ਇਜ਼ ਅ ਸਕਸੈਸਫੁਲ ਪਰਸਨ ਬਸ ਜ਼ਿੰਦਗੀ 'ਚ ਕਾਮਯਾਬ ਕੌਣ ਆ ਜ਼ਿੰਦਗੀ 'ਚ ਕਾਮਯਾਬ ਉਹ ਆ ਜਿਹੜਾ ਖੁਸ਼ ਹੈ ਖੁਸ਼ ਹੈ ਜ਼ਿਆਦਾ ਸਮਾਂ ਆਪਣਾ ਜਿਹੜਾ ਹੈਗਾ ਖੁਸ਼ ਖੁਸ਼ ਰਹਿ ਸਕਦਾ ਧਰਮ ਸਭ ਸਾਰੇ ਧਰਮ ਇਹਦੇ ਉੱਤੇ ਚੱਲਦੇ ਆ ਪਰਮਨੰਦ ਆਜੂਗਾ ਕਹਿੰਦੇ ਸੀ ਸਾਡੇ ਧਰਮ ਚ ਆ ਜਾਓ ਅਸੀਂ ਪਰਮਨੰਦ ਤੁਹਾਨੂੰ ਦੇਵਾਂਗੇ ਉਹ ਪਰਮਨੰਦ ਲੈਂਦਾ ਲੈਂਦਾ ਆਦਮੀ ਕਹਿੰਦਾ ਇੱਧਰ ਜਾਂਦਾ ਉਹ ਕਹਿੰਦਾ ਬਿਜ਼ਨਸ ਚੋਂ ਮੈਨੂੰ ਆਨੰਦ ਮਿਲਣਾ ਉਹ ਕਹਿੰਦਾ ਮੈਨੂੰ ਧਰਮ ਚੋਂ ਮਿਲਣਾ ਉਹ ਕਹਿੰਦਾ ਮੈਨੂੰ ਪਾਵਰ ਚੋਂ ਮਿਲਣਾ ਪਾਵਰ ਚੋਂ ਮਿਲਣਾ ਦੌੜ ਸਾਰੀ ਜਿਹੜੀ ਹੈਗੀ ਉਹ ਹੈਪੀਨੈਸ ਦੇ ਲਈ ਹੈਗੀ ਬਸ ਪਹਿਲਾਂ ਪਹਿਲ ਜਦੋਂ ਮੈਂ ਵਿਦਿਆਰਥੀ ਜੀਵਨ ਸੀ ਆ ਜਦੋਂ ਮਾਰਕਸਵਾਦ ਦਾ ਪੂਰਾ ਜੋਸ਼ ਚੜਿਆ ਹੋਇਆ ਸੀ ਉਹਨੂੰ ਲੱਗਦਾ ਸੀ ਕਿ ਜਿਹੜੇ ਪੈਸੇ ਨੇ ਜਿਨ੍ਹਾਂ ਲੋਕਾਂ ਕੋਲ ਪੈਸੇ ਨੇ ਉਹ ਨਾਲ ਖੁਸ਼ ਨੇ ਅਮੀਰ ਲੋਕ ਖੁਸ਼ ਨਹੀਂ ਰਹਿ ਸਕਦੇ ਜਿਹੜੇ ਪੈਸੇ ਜਦੋਂ ਆਉਂਦੇ ਆ ਤੁਹਾਡੀ ਖੁਸ਼ੀ ਚੀਨ ਲੈਂਦੇ ਆ ਪਰ ਹੁਣ ਮੈਂ ਮਹਿਸੂਸ ਕਰਦਾ ਕਿ ਪੈਸੇ ਨਾਲ ਕੰਫਰਟ ਤਾਂ ਖਰੀਦਾ ਜਾ ਸਕਦਾ ਨਾ ਕੰਫਰਟ ਵੀ ਕਾਫੀ ਹੱਦ ਤੱਕ ਖੁਸ਼ੀ ਦੇ ਸਕਦਾ ਤੁਹਾਨੂੰ ਕੀ ਪੈਸੇ ਦਾ ਤੇ ਖੁਸ਼ੀ ਦਾ ਵੈਰ ਆ ਆਪਸ ਵਿੱਚ ਪੈਸੇ ਦਾ ਖੁਸ਼ੀ ਦਾ ਵੈਰ ਨਹੀਂ ਪੈਸੇ ਦਾ ਖੁਸ਼ੀ ਦਾ ਮੇਲ ਆ ਇਹ ਇਹ ਜਿਹੜਾ ਇਹ ਕਹਿੰਦੇ ਨਾ ਜੀ ਇਹ ਧਾਰਨਾ ਜਿਹੜੀ ਸਗੀ ਜਾ ਕੇ ਪੇ ਜੀ ਅਮੀਰ ਤਾਂ ਬਹੁਤ ਦੁਖੀ ਰਹਿੰਦੇ ਆ ਅਮੀਰ ਬਹੁਤ ਖੁਸ਼ੀ ਰਹਿੰਦੇ ਆ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਜੀ ਸੰਤ ਸਾਹਿਬ ਇਹ ਮੈਨੂੰ ਲੱਗਦਾ ਇੱਕ ਤਾਂ ਸਮੇਂ ਦੀਆਂ ਸਰਕਾਰਾਂ ਨੇ ਤੇ ਕੁਝ ਮੈਨੂੰ ਲੱਗਦਾ ਧਰਮ ਨੇ ਵੀ ਇਹ ਫਲਸਫਾ ਦਿੱਤਾ ਲੋਕਾਂ ਨੂੰ ਕੋਈ ਰੋਲਾ ਨਾ ਪਾਓ ਠੀਕ ਹੈ ਤੁਹਾਨੂੰ ਅਗਲੇ ਜਨਮ ਵਿੱਚ ਖੁਸ਼ੀ ਦੇਵਾਂਗੇ ਜਿਹੜੇ ਐਤਕੀ ਅਮੀਰ ਆ ਇਨੀ ਗਰੀਬ ਬਣਨਾ ਜਾ ਕੇ ਤੁਸੀਂ ਫਿਰ ਅਮੀਰ ਬਣਨਾ ਪਰਪਸ ਉਹਨਾਂ ਦਾ ਵੀ ਅਮੀਰ ਬਣਾਉਣਾ ਹੀ ਉਹਨਾਂ ਨੂੰ ਖਜ਼ਾਨੇ ਭਰਪੂਰੇ ਕਰਾਉਣਾ ਦਾ ਆ ਸਾਰੇ ਵੀ ਖਜ਼ਾਨੇ ਭਰਪੂਰ ਰਹਿਣ ਸਾਰੇ ਸੋ ਪੈਸ ਔਰ ਇਹ ਪੈਸਾ ਜੇ ਨਾ ਹੋਵੇ ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀ ਘੱਟ ਜਾਂਦੀ ਹੈ ਪਰ ਬਹੁਤ ਜ਼ਿਆਦਾ ਤਾਂ ਉਹ ਲਾਲਾ ਹਰदयाल ਨੇ ਜਿਹੜੀ ਕਿਤਾਬ ਲਿਖੀ ਨਾ ਹਿੰਸ ਫੋਰ ਸੋਸਾਇਟੀ ਕਲਚਰ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਆ ਉਹ ਕਹਿੰਦੇ ਜਿਹੜੀ ਬਹੁਤ ਗਰੀਬੀ ਹੈ ਇਹ ਤੁਹਾਨੂੰ ਖੁਸ਼ੀ ਨਹੀਂ ਦਿੰਦੀ ਬਹੁਤ ਤੰਗੀ ਦਿੰਦੀ ਆ ਉਹ ਕਹਿੰਦੇ ਜਿਹੜੀ ਬਹੁਤ ਅਮੀਰੀ ਹੈਗੀ ਆ ਉਹਦੇ ਵਿੱਚ ਵੀ ਕਹਿੰਦੇ ਤੁਹਾਨੂੰ ਪ੍ਰੈਸ਼ਰ ਬਹੁਤ ਆਉਂਦਾ ਜਾ ਕੇ ਇਹਨਾਂ ਦਰਮਿਆਨਾ ਜਿਹਾ ਬੰਦਾ ਹੈ ਵਾ ਨਾ ਬਹੁਤਾ ਅਮੀਰ ਨਾ ਬਹੁਤਾ ਗਰੀਬ ਉਹ ਕਹਿੰਦਾ ਉਹ ਬੜਾ ਲੱਕੀ ਬੰਦਾ ਹੈ ਔਰ ਪ੍ਰਿਵਿਲੇਜਡ ਬੰਦਾ ਹੈ ਜਿਹਨੂੰ ਜਿਹੜੇ ਹੈਗੇ ਗਰੀਬੀ ਦਾ ਦੁੱਖ ਨਹੀਂ ਹੈ ਤਾਂ ਉੱਪਰ ਦਾ ਜਿਹੜਾ ਉਹਨੂੰ ਸਟ्रेस ਨਹੀਂ ਹੈ ਸੋ ਉਹ ਉੱਥੇ ਜਿਹੜਾ ਹੈਗਾ ਉਸ ਲੈਵਲ ਦੇ ਵਿੱਚ ਦੇਖੋ ਦੈਂਸਾ ਦੇਖੋ ਪ੍ਰੋਬਲਮ ਤਾਂ ਜੇ ਆਪਾਂ ਕਹੀਏ ਵੀ ਰਿਚਰ ਪੂਰ ਵੀ ਆਲ ਹੈਵ ਆਵਰ ਫਾਈਨੈਂਸ਼ੀਅਲ ਪ੍ਰੋਬਲਮ ਫਾਈਨੈਂਸ਼ੀਅਲ ਪ੍ਰੋਬਲਮਸ ਆ ਰਹੀਆਂ ਦੀਆਂ ਇਹ ਚਾਹੇ ਕੋਈ ਥੋੜੇ ਪੈਸੇ ਆ ਚਾਹੇ ਕਿਸੇ ਕੋਲ ਬਹੁਤੇ ਪੈਸੇ ਆ ਪਰ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਅਨਹੈਪੀਨੈਸ ਹਾਸਲ ਕਰ ਲੈਣੀ ਪਈ ਵੀ ਇਸ ਲੈਵਲ ਤੱਕ ਚਲੇ ਜਾਣਾ ਵੀ ਮੈਂ ਇੱਕ ਸਾਡੇ ਵਾਕਫਾਂ ਦੇ ਵਿੱਚ ਉਸੇ ਕਾਫੀ ਅਮੀਰ ਆਦਮੀ ਸੀਗਾ ਜੀ ਸੁਇਸਾਈਡ ਕਰ ਲਈ ਜਾ ਕੇ ਹੂੰ ਜੇ ਮੈਂ ਵੀ ਸੁਣਾਈ ਸੁਇਸਾਈਡ ਕਰ ਲਈ ਦੇਖੋ ਏਸੀ ਗੱਲ ਕਰਕੇ ਔਰ ਮਿਲੀਅਨ ਦਾ ਬੰਦਾ ਮਿਲੀਅਨ ਫੇਰ ਵੀ ਸੀਗੇ ਉਹਦੇ ਕੋਲ ਜਾ ਕੇ ਉਹ ਮੇਰਾ ਖਿਆਲ ਉਹ ਥਿੰਕਿੰਗ ਨੂੰ ਠੀਕ ਦੇਖੋ ਥੈਂਕ ਸਾਹਿਬ ਕਈ ਵਾਰ ਮੈਂ ਇਹ ਗੱਲ ਸੋਚਦਾ ਹੁੰਦਾ ਕਿ ਜਿਹੜੇ ਕਈ ਵਾਰ ਰਿਲੇਸ਼ਨਸ ਨੂੰ ਆਪਾਂ ਇੰਨਾ ਖਰਾਬ ਕਰ ਲੈਂਦੇ ਆ ਛੋਟੀ ਛੋਟੀਆਂ ਗੱਲਾਂ ਦੇ ਵਿੱਚੋਂ ਅਸੀਂ ਜਿਹੜੀ ਗਮੀ ਹਾਸਲ ਕਰ ਲੈਂਦੇ ਆ ਅਨਹੈਪੀਨੈਸ ਲੈ ਲੈਂਦੇ ਆ ਬੱਚਿਆਂ ਦੀ ਕਹਿੰਦੇ ਆ ਬਹੁਤੇ ਪਰਿਵਾਰ ਇਸੇ ਗੱਲ ਦੇ ਵਿੱਚ ਦੁਖੀ ਆ ਕਿ ਇਹ ਸਾਡੀ ਮਰਜ਼ੀ ਦੇ ਮੁਤਾਬਕ ਵਿਆਹ ਕਿਉਂ ਨਹੀਂ ਕਰਾਉਂਦੇ ਬਹੁਤੇ ਪਰਿਵਾਰ ਇਸੇ ਗੱਲ ਤੇ ਖੁਸ਼ੀ ਆ ਕਿ ਇਹ ਵਿਆਹ ਕਿਉਂ ਨਹੀਂ ਕਰਾਉਂਦੇ ਹੋ ਆਪਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਇਹ ਚੀਜ਼ਾਂ ਹੁਣ ਬਦਲ ਰਹੀਆਂ ਆ ਇਹ ਕੋਈ ਤੁਸੀਂ ਇਕੱਲੇ ਨਹੀਂ ਆ ਜਿਨ੍ਹਾਂ ਦੇ ਬੱਚੇ ਤੁਹਾਡੀ ਮਰਜ਼ੀ ਦੇ ਮੁਤਾਬਕ ਨਹੀਂ ਕਹਿੰਦੇ ਛੋਟੇ ਛੋਟੀਆਂ ਗੱਲਾਂ ਆ ਲੈਟ them do ਜੋ ਇਹ ਕਰਦੇ ਆ ਉਹਨਾਂ ਨੂੰ ਕਰ ਲੈਣਾ ਦੇ ਚਾਹੀਦਾ ਯਾਰ ਕੋਈ ਬੱਚਿਆਂ ਦੀ ਵਿਆਹ ਦੀ ਖੁਸ਼ੀ ਦੀ ਗੱਲ ਯਾ ਨਾ ਵਿਆਹ ਦੀ ਖੁਸ਼ੀ ਦੀ ਗੱਲ ਪਾ ਬਾਅਦ ਚ ਕਰਦੇ ਆ ਪਰ ਬੱਚਿਆਂ ਦੀ ਹੋਣ ਦੀ ਯਾ ਨਾ ਹੋਣ ਦੀ ਕਈ ਮਾਪਿਆਂ ਨੂੰ ਇਸ ਗੱਲ ਤੋਂ ਦੁਖੀ ਕਰਦੀ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਇਸ ਗੱਲ ਤੋਂ ਉਹਨਾਂ ਦੀ ਖੁਸ਼ੀ ਜਾਲ ਚਲੀ ਜਾਂਦੀ ਆ ਕਿਹ ਜਿਨ੍ਹਾਂ ਦੇ ਹੁੰਦੇ ਨੇ ਬੱਚੇ ਮਰੋਕ ਸਮਝਦਾ ਕਿ ਮੇਰੇ ਬੱਚੇ ਮੇਰੀ ਖੁਸ਼ੀ ਦਾ ਕਾਰਨ ਬਣਨਗੇ ਜਾਂ ਕਾਰਨ ਹੈ ਨੇ ਹਾਂ ਹਾਂ ਕੀ ਬੱਚੇ ਖੁਸ਼ੀ ਦਾ ਕਾਰਨ ਬਣ ਸਕਦੇ ਤਿੰਨ ਸਾਹਿਬ ਮੈਂ ਇੱਕ ਦਿਨ ਜਿਮ ਦੇ ਵਿੱਚ ਜਿਮ ਦੇ ਵਿੱਚ ਉਹ ਜਿਹੜਾ ਰੂਮ ਹੁੰਦਾ ਜਿੱਥੇ ਰੈਡੀਓਟੀ ਹੁੰਦੇ ਆ ਉੱਥੇ ਖੜਾ ਤੇ ਇੱਕ ਆਪਣੇ ਕੋਕੈਸ਼ਨ ਬੰਦਾ ਉਹ ਆਪਣੇ ਬੱਚੇ ਨੂੰ ਸਾਫ ਤੌਲੀਏ ਦੇ ਨਾਲ ਸਾਫ ਸੁਭ ਕਰੇ 7-8 ਸਾਲ ਦਾ ਸੀਗਾ ਉਹ ਬੜਾ ਖੁਸ਼ ਮੈਂ ਕਹਿੰਦਾ ਮੈਂ ਉਹਨੂੰ ਪੁੱਛੇ ਮੈਂ ਕਹਿੰਦਾ ਤੈਨੂੰ ਖੁਸ਼ੀ ਦਿੰਦਾ ਕਹਿੰਦਾ ਖੁਸ਼ੀ ਦਿੰਦਾ ਕਹਿੰਦਾ 6 ਸਾਲਾਂ ਨੂੰ ਹੋਰ ਖੁਸ਼ੀ ਦੇਣੀ ਆ ਮੈਨੂੰ ਕਹਿੰਦਾ ਜਦੋਂ 15 ਸਾਲਾਂ ਦਾ ਹੋ ਗਿਆ ਫੇਰ ਬੱਸ ਕਹਿੰਦਾ ਚਾਰ ਪੰਜ ਸਾਲ ਅਜੇ ਖੁਸ਼ੀ ਦੋ ਦੇਊਗਾ ਮੈਨੂੰ ਸੋ ਬੱਚੇ ਥਿੰਸਾ ਖੁਸ਼ੀ ਜਾਂ ਗਮੀ ਇਹ ਤਾਂ ਜ਼ਿੰਦਗੀ ਦੇ ਨਾਲ-ਨਾਲ ਚੱਲਣੀ ਹੈਗੀ ਆ ਜਾ ਕੇ ਪਰ ਦੇਖੋ ਬੱਚਾ ਡਰਗ ਨਾ ਕਰੇ ਲॉ ਨੂੰ ਨਾ ਤੋੜੇ ਮੇਰੇ ਸਾਹਮਣੇ ਤਾਂ ਮੋਟੀਆਂ ਗੱਲਾਂ ਇਹ ਆ ਕਿ ਲੋਅ ਨੂੰ ਨਾ ਤੋੜੇ ਜੇਲ੍ਹ ਚ ਨਾ ਜਾਵੇ ਤਾਂ ਜਾ ਕੇ ਡਰਗ ਨਾ ਕਰੇ ਬਾਕੀ ਉਹ ਪੈਸੇ ਘੱਟ ਕਮਾਉਂਦਾ ਵੱਧ ਕਮਾਉਂਦਾ ਹੈਗਾ ਆ ਉਹ ਵੇਹ ਲੇਟ ਕਰਾਉਂਦਾ ਜਾਂ ਨਹੀਂ ਕਰਾਉਂਦਾ ਲੇਟ ਕਰਾਉਂਦਾ ਜਾਂ ਨਹੀਂ ਕਰਾਉਂਦਾ ਜਾਂ ਉਹ ਕਲੱਬ ਦੇ ਕਲੱਬ ਜਾਂਦਾ ਜਾਂ ਸਿਨੇਮਾ ਦੇਖਦਾ ਕਿ ਸਾਡੇ ਸਮੇਂ ਸਿਨੇਮਾ ਦੇਖਣਾ ਬਹੁਤ ਬੜੀ ਈਵਲ ਗੱਲ ਨਹੀਂ ਜਾਂਦੀ ਹੁੰਦੀ ਸੀ ਜੀ ਪਰ ਜਿਵੇਂ ਤੁਸੀਂ ਪਹਿਲਾਂ ਦੱਸਿਆ ਅੱਜ ਕੱਲ੍ਹ ਕਈ ਮਾਪਿਆਂ ਦੀ ਨਾਖੁਸ਼ੀ ਦਾ ਕਾਰਨ ਸਭ ਕੁਝ ਹੈਗਾ ਉਹਨਾਂ ਕੋਲੇ ਜ਼ਰੂਰਤਾਂ ਉਹਨਾਂ ਦੀਆਂ ਬੜੀਆਂ achੀਆਂ ਪੂਰੀਆਂ ਹੋ ਰਹੀਆਂ ਹਾਲਾ ਦਰਜੇ ਦੀ ਜ਼ਿੰ ਹਾਂ ਸਾਡੀ ਕੁੜੀ ਵਿਆਹ ਨਹੀਂ ਕਰਾਉਂਦੀ ਇਹ ਤਾਂ 30 ਸਾਲ ਦੀ ਹੋ ਚੱਲੀ ਮੁੰਡਾ ਸਾਡਾ 35 ਦਾ ਹੋ ਗਿਆ ਇਹ ਵਿਆਹ ਨਹੀਂ ਕਰਾਉਂਦਾ ਉਹਨਾਂ ਦੀ ਖੁਸ਼ੀ ਕਫੂਰ ਬਣ ਕੇ ਉੱਡ ਗਈ ਦੇਖੋ ਮੇਰੀ ਮੇਰੀ ਸੁਜੈਸ਼ਨ ਆ ਜਿਹੜੇ ਪੇਰੈਂਟਸ ਇਦਾਂ ਫੀਲ ਕਰਦੇ ਆ ਵੀ ਇਹਦੀ ਚਿੰਤਾ ਨਾ ਕਰੋ ਇਸ ਗੱਲ ਦੇ ਉੱਤੇ ਜਾ ਕੇ ਉਹ ਵਿਆਹ ਕਰਾਉਂਦੇ ਆ ਜਾਂ ਨਹੀਂ ਕਰਾਉਂਦੇ ਪਹਿਲੀ ਗੱਲ ਤਾਂ ਉਹ ਤੁਹਾਡੇ ਮੁਤਾਬਕ ਨਹੀਂ ਚੱਲਣਾ ਨਹੀਂ ਹੈ ਦੂਜੀ ਜਿੱਦਾਂ ਉਹ ਹੈਪੀ ਰਹਿੰਦੇ ਆ ਉਹਨਾਂ ਨੂੰ ਉਦਾਂ ਹੈਪੀ ਰਹਿਣ ਦਿਓ ਜੇ ਉਹਨੇ ਵਿਆਹ ਉੱਥੇ ਕਰਾ ਲਿਆ ਜਿੱਥੇ ਤੁਸੀਂ ਸਮਝਿਓ ਉਹਨੂੰ ਕਰਾਉਣਾ ਨਹੀਂ ਚਾਹੀਦਾ ਸੀ ਫੇ ਵੀ ਕੋਈ ਗੱਲ ਨਹੀਂ ਜੇ ਉਹਦਾ ਵਿਆਹ ਉੱਥੇ ਜਿੱਥੇ ਤੁਸੀਂ ਰੋਕਦੇ ਸੀ ਉਹ ਸਫਲ ਨਹੀਂ ਹੋਇਆ ਕੋਈ ਗੱਲ ਨਹੀਂ ਉਹਦੀ ਫੇਰ ਵੀ ਸਪੋਰਟ ਕਰੋ ਆਲਵੇ ਸਪੋਰਟ ਯਰ ਚਾਈਲਡ ਜਿਹੜਾ ਹੈਗਾ ਆ ਜਿੱਥੇ ਉਹ ਗਲਤ ਲਾ ਤੋੜਦਾ ਉੱਥੇ ਨਹੀਂ ਬਾਕੀ ਇਹ ਜਿਹੜੇ ਸੋਸ਼ਲ ਮਸਲੇ ਆ ਇਹ ਤਾਂ ਬਦਲੀ ਜਾਂਦੇ ਹੈਗੇ ਜੇ ਉਹ ਵਿਆਹ ਨਹੀਂ ਕਰਾਉਂਦਾ ਜਾਂ ਬਾਅਦ ਦੇ ਵਿੱਚ ਕਰਾਉਂਦਾ ਇਹਨੂੰ ਇਹਦੇ ਕਰਕੇ ਘਰ ਦੇ ਵਿੱਚ ਟੈਨਸ਼ਨ ਦਾ ਮਾਹੌਲ ਨਾ ਬਣਾਓ ਆਪਣੀ ਜਿਹੜੀ ਪ੍ਰੈਜ਼ੈਂਟ ਲਾਈਫ ਜਿਹਦੀ ਤੁਸੀਂ ਗੱਲ ਕੀਤੀ ਆ ਉਹਨੂੰ ਖਰਾਬ ਨਾ ਆਪਾਂ ਕਰੀਏ ਜਾ ਕੇ ਇਸੇ ਗੱਲ ਕਰਕੇ ਜਾਓ ਉਹਨਾਂ ਦੀ ਜ਼ਿੰਦਗੀ ਜਿੱਦਾਂ ਜੀਦੇ ਜੀ ਲੈਣ ਦੀ ਹੈ ਖੁਸ਼ੀ ਦੀ ਗੱਲ ਜਿਹੜੀ ਆ ਅਧੂਰੀ ਰਹਿ ਜਾਣੀ ਆ ਜੇ ਆਪਾਂ ਇਹ ਗੱਲ ਨਹੀਂ ਕਰਦੇ ਕਿ ਕੁਰਬਾਨੀ ਆ ਜਿਹੜੀ ਕਿਸੇ ਹੋਰ ਲਈ ਸੈਕਰੀਫਾਈਜ਼ ਕਰ ਦੇਣੀ ਇਹ ਥੋੜੀ ਜੀ ਸਿਧਾਂਤਕ ਗੱਲ ਆ ਥੋੜੀ ਜੀ ਆਦਰਸ਼ਵਾਦੀ ਗੱਲ ਆ ਅੱਗੇ ਫਿਲਮਾਂ ਵੀ ਇਹੋ ਜਿਹੀਆਂ ਬਣਦੀਆਂ ਰਹੀਆਂ ਆਪਣੀ ਖੁਸ਼ੀ ਤੁਹਾਡੀ ਉਸੇ 'ਚ ਹੀ ਆ ਜੇ ਤੁਸੀਂ ਆਪਣੀਆਂ ਖੁਸ਼ੀਆਂ ਕਿਸੇ ਤੇ ਕੁਰਬਾਨ ਕਰ ਦਿੰਦੇ ਹੋ ਕੁਰਬਾਨੀ ਕਰਨੀ ਹੀ ਖੁਸ਼ੀ ਆ ਰਜਿੰਦਰ ਕੁਮਾਰ ਦਲੀਪ ਕੁਮਾਰ ਰਾਜ ਕੁਮਾਰ ਜਿਹੇ ਫਿਲਮਾਂ ਬਣਦੀਆਂ ਰਹੀਆਂ ਇੱਕ ਪ੍ਰਚਾਰ ਚੱਲਦਾ ਰਿਹਾ तकरीबन तकरीबन 2 ਦਹਾਕੇ ਜਿਹਦੇ ਵਿੱਚ ਦੁ ਆਪਣੀ ਖੁਸ਼ੀ ਹਾਸਲ ਕਰਨ ਲਈ ਆਪਣੀ ਖੁਸ਼ੀ ਨੂੰ ਕੁਰਬਾਨ ਕਰ ਦਿਓ ਦੂਜੇ ਦੀ ਖੁਸ਼ੀ ਲਈ ਤਾਂ ਤੁਹਾਨੂੰ ਖੁਸ਼ੀ ਮਿਲੇਗੀ ਇਸ ਕਿਸਮ ਦਾ ਫਲਸਫੀ ਹੈ ਇਹ ਜਿੱਥੇ ਦੇਖੋ ਜਿੱਥੋਂ ਸ਼ੁਰੂ ਵਿੱਚ ਤੁਸੀਂ ਗੱਲ ਕਹੀ ਸੀ ਉਹ ਗੱਲ ਹੁਣ ਵੀ ਉਹ ਵੈਲਿਡ ਆ ਕੋਈ ਕਿਸੇ ਦੇ ਲਈ ਮੋਟੀਵੇਸ਼ਨ ਮੋਟੀਵੇਸ਼ਨ ਸਾਰਿਆਂ ਦੀ ਆਪਣੀ ਖੁਸ਼ੀ ਹੈ ਜੇ ਅਸੀਂ ਕਹਿੰਦੇ ਵੀ ਹੈਗੇ ਨਾ ਵੀ ਅਸੀਂ ਕਿਸੇ ਦੀ ਖੁਸ਼ੀ ਦੇ ਲਈ ਇਹ ਕਰਦੇ ਕਿਸੇ ਦੀ ਖੁਸ਼ੀ ਨਹੀਂ ਆਉ ਤੁਹਾਡੀ ਖੁਸ਼ੀ ਹੈ ਇਹ ਜਾ ਕੇ ਬੱਚਿਆਂ ਨੂੰ ਤੁਸੀਂ ਪਾਲਦੇ ਆ ਬੱਚਿਆਂ ਲਈ ਤੁਸੀਂ ਕੁਰਬਾਨੀ ਨਹੀਂ ਕਰ ਰਹੇ ਤੁਹਾਨੂੰ ਆਪ ਖੁਸ਼ੀ ਮਿਲਦੀ ਹੈ ਉਹਦੇ ਵਿੱਚ ਤੁਹਾਡੀ ਆਪਣੀ ਹੈਪੀਨੈਸ ਉਹਦੇ ਵਿੱਚ ਇਨਵੋਲਵ ਹੈਗੀ ਆ ਤੁਸੀਂ ਐਵੇਂ ਕਿਸੇ ਨੂੰ ਸ਼ਾਨ ਮਗਰੋਂ ਦਿੰਦੇ ਰਹੋ ਜਾ ਕੇ ਵੀ ਮੈਂ ਤੇਰੇ ਲਈ ਆ ਕੀਤਾ ਤੇਰੇ ਲਈ ਆ ਕਿ ਕੋਈ ਕਿਸੇ ਲਈ ਨਹੀਂ ਕੁਝ ਕਰਦਾ ਆਪਣੀ ਪਰਸਨਲ ਖੁਸ਼ੀ ਹੁੰਦੀ ਹੈ ਮੈਂ ਤੁਹਾਨੂੰ ਕੈਨੇਡਾ ਦੇ ਵਿੱਚ ਸੱਦਿਆ ਜਾ ਕੇ ਇਸ ਗੱਲ ਇਹ ਮਗਰੋਂ ਮੈਂ ਤੁਹਾਨੂੰ ਕਹਾਂ ਜੀ ਮੈਂ ਤੁਹਾਨੂੰ ਇਸ ਤੇ ਮੈਂ ਤੁਹਾਨੂੰ ਨਹੀਂ ਸੱਦਿਆ ਮੈਨੂੰ ਖੁਸ਼ੀ ਹੋ ਰਹੀ ਸੀ ਤੁਹਾਨੂੰ ਉਸ ਸੱਦਣ ਦੇ ਵਿੱਚ ਜਾਂ ਤੁਹਾਨੂੰ ਖੁਸ਼ੀ ਹੋ ਰਹੀ ਹੈ ਸੱਦਣ ਦੇ ਵਿੱਚ ਜਾ ਕੇ ਉਹ ਆਪਣੀ ذاتی ਖੁਸ਼ੀ ਆ ਉਹਦੇ ਵਿੱਚ ਜਾ ਕੇ ਜਾਂ ਉਹ ਫਿਰ ਮਗਰੋਂ ਤੁਸੀਂ ਕਰਨਾ ਉਹ ਨਹੀਂ ਗੱਲ ਤੁਹਾਨੂੰ ਅਸੀਂ ਹਰ ਉਹ ਕੰਮ ਕਰਦੇ ਆ ਜੇ ਸਾਨੂੰ ਖੁਸ਼ੀ ਮਿਲਦੀ ਆ ਜਾਂ ਸਾਡੇ ਪਾਰਟਨਰ ਨੂੰ ਖੁਸ਼ੀ ਮਿਲਦੀ ਆ ਜਾਂ ਸਾਨੂੰ ਇੰਨਾ ਦੁੱਖ ਉਹ ਇੰਨਾ ਮਿਲ ਜਾਣਾ ਜੀ ਅਸੀਂ ਨਾ ਕਰੀਏ ਤੇ ਉਹਨਾਂ ਨੂੰ ਘੱਟ ਦੁੱਖ ਲੈ ਲਓ ਜਾ ਕੇ ਕਿਉਂਕਿ ਇਨਸਾਨ ਦੀ ਡੈਫੀਨੀਸ਼ਨ ਕੀ ਹੈ ਇਨਸਾਨ ਉਹ ਆ ਜਿਹੜਾ ਸੁੱਖ ਨੂੰ ਪਿਆਰ ਕਰਦਾ ਦੁੱਖ ਨੂੰ ਨਫ਼ਰਤ ਕਰਦਾ ਐਵਰੀ ਐਵਰੀ ਸੋ ਜਿੱਥੋਂ ਉਹਨੂੰ ਘੱਟ ਦੁੱਖ ਮਿਲਣਾ ਜਾਂ ਵੱਧ ਸੁੱਖ ਮਿਲਣਾ ਉਹਨੂੰ ਉਹ ਕੰਮ ਕਰਨਾ ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਕਿਸੇ ਨੂੰ ਇਹ ਕਹਿੰਦਾ ਮੈਂ ਤੇਰੇ ਲਈ ਆ ਕੀਤਾ ਨੋ ਜੋ ਕਰਦੇ ਆ ਉਹ ਇੱਕ ਸਾਹਿਰ ਦਾ ਹੈ ਕੌਣ ਕਿਸ ਕੇ ਲਈ ਮਰਦਾ ਹੈ ਸਾਹਿਰ ਸਭ ਕੋ ਆਪਣੀ ਬਾਤ ਪੀ ਰੋਣਾ ਆਇਆ ਕੁਛ ਇਦਾਂ ਦਾ ਆਪਣੇ ਲਈ ਆਦਮੀ ਦੀ ਜਿਹੜੀ ਹੈਗੀ ਪਰ ਪਰਸਨਲ ਖੁਸ਼ੀ ਜਿਹੜੀ ਆ ਮੋਟੀਵੇਸ਼ਨ ਤੁਹਾਡੀ ਉਹ ਹੀ ਹੈ ਉਹ ਉਹ ਹੀ ਹੈਗੀ ਜਾ ਕੇ ਤੇ ਹੁਣ ਮੈਂ ਫਤ ਕੋਲ ਇੱਥੇ ਆਇਆ ਜਾ ਕੇ ਤੁਸੀਂ ਕਹੋ ਮੈਂ ਕਿ ਮੈਨੂੰ ਖੁਸ਼ੀ ਮਿਲਦੀ ਇੱਥੇ ਕਰਨ ਦੇ ਨਾਲ ਤੁਸੀਂ ਜੌਬ ਕਰਦੇ ਆ ਤੁਹਾਨੂੰ ਉਹਦੇ ਚ ਖੁਸ਼ੀ ਮਿਲਦੀ ਹੈ ਉਸ ਤੇ ਜਾ ਕੇ ਕਰਨ ਦੇ ਨਾਲ ਜਾ ਕੇ ਸੋ ਖੁਸ਼ੀ ਇਹ ਗੱਲ ਇਹ ਗੱਲ ਠੀਕ ਹੈ ਵੀ ਖੁਸ਼ੀ ਦੇ ਮੈਂ ਇੱਕ ਵਾਰ ਖੁਸ਼ਵੰਤ ਸੁਣਾ ਨੂੰ ਮਿਲਿਆ ਜੀ ਤੇ ਮੈਂ ਉਹਨਾਂ ਨੂੰ ਆਹੇ ਸਵਾਲ ਕੀਤਾ ਜਾਗੇ ਭੈ ਜੀ ਖੁਸ਼ੀ ਕਿੱਦਾਂ ਮਿਲ ਸਕਦੀ ਹੈ ਉਹਨਾਂ ਦੇ ਉਹ ਕਹਿੰਦੇ ਦੇਖੋ ਖੁਸ਼ੀ ਵਾਲੀ ਗੱਲ ਦੋ ਚੀਜ਼ਾਂ ਬੰਦੇ ਦੀ ਖੁਸ਼ੀ ਜਾਂ ਨਾ ਖੁਸ਼ੀ ਵਿੱਚ ਸਭ ਨਾਲੋਂ ਜ਼ਿਆਦਾ ਰੋਲਿਆ ਉਹਨਾਂ ਦਾ ਇੱਕ ਹੈਗੀ ਉਹਦੀ ਜੌਬ ਇੱਕ ਹੈਗੀ ਉਹਦੀ ਫੈਮਿਲੀ ਇਹ ਜੇ ਦੋਨੋਂ ਤੁਸੀਂ ਫਿਕਸ ਕਰ ਲਓ ਤਾਂ ਤੁਸੀਂ ਜ਼ਿਆਦਾ ਖੁਸ਼ ਰਹਿ ਸਕਦੇ ਆ ਜਾ ਕੇ ਤੇ ਇਹਦੇ ਵਿੱਚ ਫੇਰ ਕਹਿੰਦੇ ਕੋਸ਼ਿਸ਼ ਇਹੀ ਰੱਖੋ ਵੀ ਜੇ ਜੇ ਇਹ ਦੋਏ ਚੀਜ਼ਾਂ ਤੁਹਾਨੂੰ ਖੁਸ਼ੀ ਨਹੀਂ ਦਿੰਦੀਆਂ ਤਾਂ ਫੇਰ ਇਹਦੇ ਨਾਲ ਚਿੰਬੜੇ ਰਹਿਣ ਦੀ ਲੋੜ ਨਹੀਂ ਤੇ ਇਹ ਗੱਲ ਹੈ ਤੇ ਉਹ ਮੈਂ ਮੈਂ ਉਹ ਇੱਕ ਵਾਰ ਉਹ ਉਹ ਮੈਨੂੰ ਕਹਿੰਦੇ ਜੇ ਉਹ ਜੌਬ ਤੁਹਾਨੂੰ ਖੁਸ਼ੀ ਨਹੀਂ ਦਿੰਦੀ ਔਰ ਉਹ ਜੌਬ ਛੱਡਣ ਦੇ ਨਾਲ ਤੁਸੀਂ ਫੇਰ ਵੀ ਜੀਂਦੇ ਰਹਿ ਜਾਣਾ ਜੌਬ ਛੱਡ ਦਿਓ ਹਮ ਹਮ ਤੇ ਫੇਰ ਉਹ ਕਹਿੰਦੇ ਮੈਂ ਕਿਹਾ ਜੀ ਫੇਰ ਤੁਹਾਡੇ ਵਾਈਫ ਦਾ ਕਿਦਾਂ ਹੋਵੇ ਹਮ ਉਹ ਕਹਿੰਦੇ ਮੇਰੀ ਥਿਊਰੀ ਤੋਂ ਉਹ ਵੀ ਇਦਾਂ ਹੀ ਹੈ ਪੇ ਜੇ ਤੁਹਾਡੀ ਵਾਈਫ ਵੀ ਤੁਹਾਨੂੰ ਖੁਸ਼ੀ ਨਹੀਂ ਦਿੰਦੀ ਤਾਂ ਛੱਡ ਦਿਓ ਹਮ ਹਮ ਮੈਂ ਕਿਹਾ ਜੀ ਜੇ ਕਦੇ ਖੁਸ਼ੀ ਦੇਵੇ ਕਦੇ ਗਮੀ ਦੇਵੇ ਫੇਰ ਫੇ ਹੱਸਵੇਂ ਜਵਾਬ ਨਹੀਂ ਆਇਆ ਉਹਨਾਂ ਦਾ ਮੈਂਗਾ 올 ది ਟਾਈਮ ਖੁਸ਼ੀ ਵੀ ਨਹੀਂ 올 ది ਟਾਈਮ ਗਮੀ ਨਹੀਂ ਫੇਕ ਹੀ ਕਰੇ ਤੁਸੀਂ ਜਸਮੈਲ ਦੀ ਸਮਾਈਲ ਠੀਕ ਹੈ ਫਿਰ ਬਸ ਅਖੀਰ ਦੇ ਵਿੱਚ ਟਿਪਸ ਤੇ ਸਾਨੂੰ ਕੁਝ ਰੂਲਸ ਦੱਸੋ ਜਿਹਦੇ ਨਾਲ ਖੁਸ਼ੀ ਹਾਸਲ ਹੋਵੇ ਤင် ਸਾਹਿਬ ਮੈਂ ਟਿਪਸ ਆਪਣਾ ਤੁਹਾਨੂੰ ਕੀ ਦੱਸਾਂ ਪਹਿਲੀ ਗੱਲ ਤੇ ਆ ਪਰਮਾਨੰਦਤਾ ਮੈਨੂੰ ਆਇਆ ਹੀ ਨਹੀਂ ਹੈ ਜਾ ਕੇ ਜੇਬ ਆਪਣਾ ਕਈ ਜਾ ਕੇ ਤੇ ਉਧਾਂ ਮੈਂ ਦੁਖੀ ਵੀ ਨਹੀਂ ਹਾਂ ਬਹੁਤਾ ਠੀਕ ਹੈ ਨਾ ਉਹ ਇਦਾਂ ਹੀ ਦਿਨ ਚ ਕਈ ਵਾਰ ਖੁਸ਼ ਹੋ ਜਾਈਦਾ ਕਈ ਵਾਰ ਦੁਖ ਹੋ ਜਾਂਦਾ ਪਰ ਇੱਕ ਗੱਲ ਹੈਗੀ ਆ ਆ ਜਿਹੜੇ ਸਮਾਜਿਕ ਰਿਸ਼ਤੇ ਆ ਇਹ ਮੈਨੂੰ ਦੁਖੀ ਨਹੀਂ ਕਰਦੇ ਹੈ ਇੱਕ ਮੈਨੂੰ ਇਹ ਜਿਹੜੇ ਹੈਗੇ ਆ ਕਿ ਉਹ ਕੀ ਕਹੂਗਾ ਉਹ ਕੀ ਕਰੂਗਾ ਮੈਂ ਆਪਣੇ ਤੋਂ ਕੋਸ਼ਿਸ਼ ਇਹੀ ਕਰਦਾ ਹੁੰਦਾ ਕਿ ਜਿਹੜੀ ਚੀਜ਼ ਮੈਨੂੰ ਸਹੀ ਲੱਗੇ ਮੈਂ ਉਹ ਕਰ ਲਵਾਂ ਤੇ ਨੰਬਰ 1 ਜਿਹੜੀ ਵੀ ਮੈਂ ਕਹਿੰਦਾ ਬਈ ਲਾ ਨੂੰ ਕਹਿੰਦਾ ਤੋੜੋ ਇਹ ਜ਼ਰੂਰੀ ਗੱਲ ਹੈ ਤੇ ਬਾਕੀ ਜਿਹੜੀ ਹੈਗੀ ਆ ਇਹ ਬੱਚਿਆਂ ਦੀ ਜਿਹੜੀ ਹੈਗੀ ਆ ਇਹਦੇ ਤੇ ਬਹੁਤੀ ਚਿੰਤਾ ਨਾ ਕਰੀਏ ਆਪਾਂ ਜਿਹੜੇ ਇੰਡੀਆ ਵਿੱਚੋਂ ਅਸੀਂ ਗਰੋ ਹੋ ਕੇ ਆਏ ਆ ਰੇਜ਼ ਹੋ ਕੇ ਆਏ ਆ ਉਹਨਾਂ ਦੀਆਂ ਵੈਲਿਊਜ਼ ਜਿਹੜੀਆਂ ਬਹੁਤ ਡਿਫਰੈਂਟ ਆ ਇੱਥੇ ਦੇ ਬੱਚਿਆਂ ਦੇ ਨਾਲੋਂ ਔਰ ਉਹ ਵੈਲਿਊ ਜੇ ਟਕਰਾ ਖੰਨੀਆਂ ਫਿਰ ਸਾਨੂੰ ਖੁਸ਼ੀ ਸਾਡੀ ਖੁਸ਼ੀ ਖਰਾਬ ਹੁੰਦੀ ਆ ਉਹਦੇ ਤੇ ਖੁਸ਼ੀ ਨਾ ਖਰਾਬ ਆਪਾਂ ਕਰੀਏ ਜੇ ਉਹ ਕਰਦੇ ਆ ਕਈ ਏਸੇ ਤੇ ਜੀ ਕਪੜੇ ਖਰੀਦੀ ਜਾਂਦੇ ਆ ਕਪੜੇ ਖਰੀਦ ਕੇ ਇਦਾਂ ਚਾਰ ਦਿਨ ਪਾਉਂਦੇ ਆ ਫਿਰ ਸਿੱਟ ਦਿੰਦੇ ਆ ਚਾ ਕੇ ਫਿਰ ਉਹਗਾ ਇਦਾਂ ਨਹੀਂ ਛੋਟ-ਛੋਟੀਆਂ ਗੱਲਾਂ ਜੇ ਕਲਬਾਂ ਦੇ ਵਿੱਚ ਜਾਂਦੇ ਆ ਕਲਬਾਂ ਵਿੱਚ ਹਲ ਬਦਮਾਸ਼ੀਆਂ ਨਹੀਂ ਹੈ ਜਿੱਦਾਂ ਸਾਡੇ ਸਮਝ ਆ ਜਾਂਦਾ ਜਿੱਦਾਂ ਸਿਨੇਮਾ ਦੇਖਣ ਵਿੱਚ ਸਾਰੀ ਬਦਮਾਸ਼ੀ ਨਹੀਂ ਹੁੰਦੀ ਹੈ ਜਾ ਕੇ ਇਹ ਕੋਈ ਗੱਲ ਨਹੀਂ ਜੇ ਕਲਬਾਂ 'ਚ ਵੀ ਜਾਂਦੇ ਆ ਜਾ ਲਣਦੇ ਹੀ ਇਹ ਜੇ গারਲਫ੍ਰੈਂਡ ਹੈ ਹੈਗੀਆਂ ਉਹਨਾਂ ਦੀਆਂ ਤੇ ਕੋਈ ਗੱਲ ਨਹੀਂ ਜਾ ਕੇ ਹੁਣ ਇਦ ਜੇ ਸਾਨੂੰ ਸਾਡੀ ਮਰਜ਼ੀ ਨਾਲ ਵਿਆਹ ਨਹੀਂ ਕਰਾਉਣ ਦਿੱਤਾ ਤਾਂ ਇਹਨਾਂ ਨੂੰ ਵੀ ਨਹੀਂ ਕਰਾਉਣ ਦੇਣਾ ਇਦਾਂ ਨਹੀਂ ਹੈ ਗੱਲ ਜਾ ਕੇ ਤੁਸੀਂ ਤਾਂ ਨਹੀਂ ਇਹ ਕਹਿ ਸਕਦੇ ਮੈਂ ਤਾਂ ਨਹੀਂ ਕਹਿ ਸਕਦਾ ਅੱਛਾ ਸਰ ਤੁਹਾਡੀ ਗੱਲ ਮੈਨੂੰ ਇੱਕ ਚੰਗੀ ਲੱਗੀ ਕਿ ਜੇ ਮੁਢਲੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਜਾਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਖੁਆਸ਼ੀਆਂ ਨਹੀਂ ਵੀ ਪੂਰੀਆਂ ਹੋ ਰਹੀਆਂ ਤਾਂ ਮੇਰਾ خیال ਹੈ ਖੁਸ਼ੀ ਹਾਸਲ ਕੀਤੀ ਜਾ ਸਕਦੀ ਹੈ ਇਹ ਜ਼ਿਆਦਾ ਐਕਸਪੈਕਟੇਸ਼ਨਸ ਨਹੀਂ ਜਿਹੜੀ ਉਤਿਆ ਉਮੀਦਾਂ ਰੱਖਦੇ ਆਂ ਅਸੀਂ ਖੁਸ਼ੀਆਂ ਨੂੰ ਬੇਕਾਬੂ ਹੋਣ ਦਿੰਦੇ ਆਂ ਉਹ ਤੁਹਾਡੀ ਨਾਖੁਸ਼ੀ ਦਾ ਕਾਰਨ ਇਹ ਬਹੁਤ ਬੜੀ ਸੈਂਸ ਆ ਮੀਨਿੰਫੁਲ ਗੱਲ ਆ ਜਿਹੜੀਆਂ ਐਕਸਪੈਕਟੇਸ਼ਨਸ ਆ ਇਹ ਸਾਨੂੰ ਜਿਹੜੀਆਂ ਅਸ ਐਕਸਪੈਕਟ ਕਰਨਾ ਚਾਹੇ ਉਹ ਫਰੈਂਡ ਆ ਚਾਹੇ ਉਹ ਬੱਚਾ ਆ ਚਾਹੇ ਕੋਈ ਆ ਚਾਹੇ ਬੇਟਾ ਆ ਜਾਂ ਮਾਪੇ ਆ ਜਾਂ ਕੋਈ ਐਕਸਪੈਕਟੇਸ਼ਨ ਆ ਜਿਹੜੀਆਂ ਸਾਨੂੰ ਉਹ ਨਿਰਾਸ਼ ਬਹੁਤ ਕਰਦੀਆਂ ਕਿਉਂਕਿ ਅਸੀਂ ਐਕਸਪੈਕਟੇਸ਼ਨਾਂ ਬਹੁਤ ਵਧਾ ਲੈਂਦੇ ਆਂ ਜਾ ਕੇ ਵੀ ਅਸੀਂ ਐਕਸਪੈਕਟੇਸ਼ਨਾਂ ਮਿਨਿਮਮ ਮਿਨਿਮਮ ਕਰਦੀਆਂ ਚਾਹੀਦੀਆਂ expect ਇਹ ਮੈਂ ਤੁਸੀ ਮੈਨੂੰ ਯਾਦ ਕਰਤਾ ਚੰਗੀ ਗੱਲ ਹੈ ਇਹ ਕਿ ਇਹ ਮੈਂ ਜ਼ਰੂਰ ਕਹੂੰਗਾ ਸੌਣ ਵਾਲਿਆਂ ਨੂੰ ਕਿ एक्सपेक्टेशन ਨਾ ਬਹੁਤੀਆਂ ਰੱਖੋ ਜਾ ਕੇ ਜੇ एक्सपेक्टेशनਾਂ ਜਿਆਦੇ ਰੱਖ ਲਈਆਂ ਚਾਹੇ ਉਹ ਤੁਹਾਡਾ ਬੇਟਾ ਹੈ ਚਾਹੇ ਉਹ ਬੇਟੀ ਹੈ ਚਾਹੇ ਮਾਂ ਆ ਚਾਹੇ ਬਾਪ ਆ एक्सपेक्टेशनਾਂ ਨਾ ਰੱਖੋ ਜਿੰਨਾ ਕੋ ਸਕਦਾ ਫਿਰ ਸਭ ਮੈਂ ਹੁਣ ਤੁਸੀਂ ਇੱਕ ਗੱਲ ਦਸੋ ਇਸ ਮੁਲਕ 'ਚ ਕੀ ਹੈ ਇਸ ਮੁਲਕ ਦੇ ਵਿੱਚ ਤੁਹਾਨੂੰ ਆਖਰੀ ਸਾਹ ਹੋਣ ਤੱਕ ਕੁਝ ਨਾ ਕੁਝ ਮਿਲੀ ਜਾਣਾ ਚਾਹੀ ਪੈਨਸ਼ਨ ਮਿਲੀ ਜਾਊਗੀ ਚਾਹੇ ਵੈਲਫੇਅਰ ਮਿਲੀ ਜਾਊਗਾ ਤੁਸੀਂ ਡਿਪੈਂਡ ਹੀ ਨਹੀਂ ਕਰਦੇ ਕਿਸੇ ਤੇ ਜਿਹੜਾ ਇੰਡੀਆ ਦੇ ਵਿੱਚ ਉਸੇ ਬੱਚੇ ਆਖਰੀ ਉਮਰ ਵਿੱਚ ਸਾਡੀ ਸਹਾਇਤਾ ਇੱਥੇ ਲੋੜ ਹੀ ਨਹੀਂ ਆ ਜਾ ਕੇ ਇੱਥੇ ਤਾਂ ਕਈ ਇਦਾਂ ਦੇ ਕੇਸ ਵੀ ਆਏ ਆ ਕਿ ਉਹ ਬੰਦੇ ਦੀ ਡੈਥ ਹੋ ਗਈ ਪੈਨਸ਼ਨ ਦਾ ਚੈੱਕ ਬਾਅਦ ਦੇ ਵਿੱਚ ਆਇਆ ਉਹ ਤੋਂ ਜਾ ਕੇ ਆਖਰੀ ਸਾਹ ਤੱਕ ਕੁਝ ਨਾ ਕੁਝ ਮਿਲੀ ਜਾਣਾ ਫਿਰ ਵੀ ਦੁਖੀ ਰਹਿਣਾ ਤੁਹਾਨੂੰ ਦੁਖੀ ਰਹੀ ਜਾਓ ਜਾ ਕੇ ਇੱਥੇ ਦੁਖੀ ਰਹਿਣ ਦਾ ਰੀਜ਼ਨ ਕੋਈ ਨਹੀਂ ਹੈ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ